ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਕਾਫੀ ਟਾਈਮ ਤੋਂ ਇਹ ਜਿਹੜੀ ਅਖਬਾਰ ਦੀ ਕਟਿੰਗ ਹੈ ਇਹ ਵਾਇਰਲ ਹੋ ਰਹੀ ਹੈ ਜਿਹੜੇ ਬੱਚੇ ਵਾਰਡ ਅਟੈਂਡੈਂਟ ਦਾ ਐਗਜ਼ਾਮ ਦੇ ਕੇ ਆਏ ਨੇ ਉਹਨਾਂ ਵਾਸਤੇ ਇਹ ਨਿਰਾਸ਼ਾ ਵਾਲੀ ਗੱਲ ਹੈ ਕਿ ਇਸ ਐਗਜ਼ਾਮ ਵਿੱਚ ਵੀ ਤੰਦਾਲੀ ਹੋ ਚੁੱਕੀ ਹੈ ਮਤਲਬ ਇਹ ਇਸ ਵਿੱਚ ਅਖਬਾਰ ਵਿੱਚ ਕੀ ਲਿਖਿਆ ਹੋਇਆ ਹੈ ਕਿ ਈਟੀਓ ਜਿਹੜਾ ਮੇਨ ਆਫਸਰ ਸੀ ਐਗਜ਼ਾਮ ਨੂੰ ਕੰਡਕਟ ਕਰਵਾਉਣ ਵਾਲਾ ਉਹ ਫੜਿਆ ਗਿਆ ਹੈ ਕੁਝ ਕੈਂਡੀਡੇਟਾਂ ਦੀ ਹੈਲਪ ਕਰ ਰਿਹਾ ਸੀ ਵਾਰਡ ਅਟੈਂਡੈਂਟਾਂ ਦੇ ਐਗਜ਼ਾਮ ਵਿੱਚ ਬਾਕੀ ਜੇ ਇਹ ਪੂਰੀ ਖਬਰ ਤੁਸੀਂ ਸੁਣਨੀ ਆ ਜਾਂ ਪੜ੍ਹਨੀ ਆ ਤਾਂ ਸਾਡਾ WhatsApp ਗਰੁੱਪ ਜੁਆਇਨ ਕਰ ਲਓ ਉਸ ਵਿੱਚ ਤੁਹਾਨੂੰ ਇਹ ਸਾਰੀ ਖਬਰ ਦੀ ਕਟਿੰਗ ਪ੍ਰੋਵਾਈਡ ਹੋ ਜਾਵੇਗੀ ਪੰਜਾਬੀ ਅਤੇ ਇੰਗਲਿਸ਼ ਦੋਵੇਂ ਲੈਂਗੁਏਜ ਵਿੱਚ ਜੇ ਸਮਝ ਨਹੀਂ ਆਉਂਦਾ ਇਸ ਤਰ੍ਹਾਂ ਦੀ ਧੋਖੇਬਾਜ਼ੀ ਕਰਕੇ ਇਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਕਾਫੀ ਬੱਚਿਆਂ ਦੀ ਉਮੀਦ ਟੁੱਟ ਜਾਂਦੀ ਹੈ ਉਹਨਾਂ ਨੂੰ ਐ ਹੁੰਦਾ ਕਿ ਹਰ ਐਗਜ਼ਾਮ ਵਿੱਚ ਹੀ ਚੀਟਿੰਗ ਹੋ ਰਹੀ ਹੈ ਪਹਿਲਾਂ ਸਬ ਇੰਸਪੈਕਟਰ ਦੇ ਐਗਜ਼ਾਮ ਵਿੱਚ ਹੀ ਚੀਟਿੰਗ ਹੋਈ ਉਸ ਤੋਂ ਬਾਅਦ ਆਈਏ ਕਨਸਟੇਬਲ ਦੇ ਐਗਜ਼ਾਮ ਵਿੱਚ ਵੀ ਚੀਟਿੰਗ ਹੋਈ ਹੁਣ ਬੱਚਿਆਂ ਦਾ ਕੀ ਇਹ ਵਿਸ਼ਵਾਸ ਛੁੱਟ ਜਾਂਦਾ ਕਿ ਹਰ ਐਗਜ਼ਾਮ ਵਿੱਚ ਹੀ ਚੀਟਿੰਗ ਹੁੰਦੀ ਹੈ ਕੋ ਤਿਆਰੀ ਕਰਨ ਦਾ ਕੋਈ ਫਾਇਦਾ ਨਹੀਂ ਆਪਣਾ ਟਾਈਮ ਵੇਸਟ ਕਰਨ ਦਾ ਇਸ ਤੋਂ ਵਧੀਆ ਹੈ ਬੱਚੇ ਨੂੰ ਲੱਗਦਾ ਹੈ ਕਿ ਐਗਜ਼ਾਮ ਤਾਂ ਕੁਆਲੀਫਾਈ ਹੋਣਾ ਨਹੀਂ ਹੈ ਜਿਨ੍ਹਾਂ ਦੇ ਲਿੰਕ ਨੇ ਉਹਨਾਂ ਨੂੰ ਹੀ ਇਹ ਰੱਖਣਗੇ ਆਪਣੇ ਡਿਪਾਰਟਮੈਂਟ ਵਿੱਚ ਜਿਹੜੇ ਵੀ ਇਹਨਾਂ ਦੇ ਲਿੰਕ ਨੇ ਜਾਂ ਜਿਹੜਾ ਵੀ ਪੈਸਾ ਭਰ ਦਿੰਦਾ ਹੈ ਜਾਂ ਜਿਹਦੀ ਵੀ ਕੋਈ ਸਪਾਰਸ ਹੁੰਦੀ ਹੈ ਜਿਹੜਾ ਸਮਝਦਾਰ ਅਤੇ ਹੁਸ਼ਿਆਰ ਬੱਚਾ ਹੁੰਦਾ ਹੈ ਉਹ ਇਸੇ ਤਰ੍ਹਾਂ ਪਿੱਛੇ ਰਹਿ ਜਾਂਦੇ ਨੇ ਸੋ ਹੁਣ ਜਿਹੜੇ ਬੱਚੇ ਵਧੀਆ ਪੇਪਰ ਕਰਕੇ ਆਏ ਸੀ ਉਹਨਾਂ ਦੀ ਉਮੀਦ ਤੇ ਪਾਣੀ ਫਿਰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਹੁਣ ਤੁਸੀਂ ਮੈਨੂੰ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਕਿ ਇਸ ਚੀਜ਼ ਦਾ ਇਲਾਜ ਕੀ ਹੈ ਮਤਲਬ ਕਿਵੇਂ ਇਸ ਚੀਜ਼ ਦੀ ਰੋਕ ਟੋਕ ਹੋ ਸਕਦੇ ਆ ਬਟ ਮੈਂ ਤੁਹਾਨੂੰ ਇਹ ਰਾਜੇ ਮੰਗਾ ਗਵਰਨਮੈਂਟ ਜੋਬ ਦੀ ਵੀ ਤਿਆਰੀ ਕਰਦੇ ਰਹੋ ਇਗਜ਼ਾਮ ਵੀ ਦਿੰਦੇ ਰਹੋ ਉਮੀਦ ਨਾ ਹਾਰੋ ਆਪਣੀ ਜਿਹੜੀ ਮਿਹਨਤ ਉਹ ਤੁਸੀਂ جاری ਰੱਖੋ ਨਾਲ ਦੀ ਨਾਲ ਆਪਣਾ ਇੱਕ ਸਾਈਡ ਬਿਜ਼ਨਸ ਜ਼ਰੂਰ ਸਟਾਰਟ ਕਰ ਲਓ ਹੁਣ ਦੋਸਤੋ ਜਿਵੇਂ ਮੈਂ ਹਾਂ ਮੈਂ ਪੀਸੀਐਸ ਦੀ ਵੀ ਤਿਆਰੀ ਕਰ ਰਿਹਾ ਐਗਜ਼ਾਮ ਦੀ ਤੇ ਨਾਲ ਨਾਲ ਇੱਕ ਹੋਇਆ YouTube ਚੈਨਲ ਰਨ ਕਰਨਾ ਜਿਸ ਤੋਂ ਮੈਨੂੰ ਥੋੜੀ-ਬਹੁਤ ਅਰਨਿੰਗ ਹੋ ਜਾਂਦੀ ਆ ਹੁਣ ਜੇ ਤੁਸੀਂ ਵੀ YouTube ਦੀਆਂ ਟਰਮ ਐਂਡ ਕੰਡੀਸ਼ਨਸ ਬਾਰੇ ਸਿੱਖਣਾ ਚਾਹੁੰਦੇ ਹੋ ਕਿ YouTube ਤੇ ਚੈਨਲ ਕਿਵੇਂ ਬਣਾਉਣਾ ਹੈ ਵੀਡੀਓ ਕਿਵੇਂ ਅਪਲੋਡ ਕਰਨੀ ਹੈ ਕਿਵੇਂ ਆਪਾਂ ਪੈਸਾ ਕਮਾ ਸਕਦੇ ਆ YouTube ਤੇ ਵੀਡੀਓਜ਼ ਅਪਲੋਡ ਕਰਕੇ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਮੇਰੇ ਦੂਸਰੇ ਚੈਨਲ ਦਾ ਲਿੰਕ ਦਿੱਤਾ ਹੋਇਆ ਜਿਸ ਚੈਨਲ ਉੱਤੇ ਮੈਂ ਰੈਗੂਲਰਲੀ ਹੀ ਵੀਡੀਓ ਤੁਹਾਨੂੰ ਅਪਲੋਡ ਕਰਦਾ ਹੁੰਦਾ ਹੁੰਦਾ ਕਿ ਕਿਵੇਂ YouTube ਤੇ ਚੈਨਲ ਬਣਾਉਣਾ ਹੈ ਤੇ ਕਿਵੇਂ ਆਪ ਤੁਸੀਂ ਮੇਰੇ ਉਹ ਸੈਕੰਡ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਜਾਂ YouTube ਤੇ ਸਿੱਧਾ ਸਰਚ ਕਰੋ ਮੰਨੂ ਮੋਡ YouTube ਤਾਂ ਮੇਰਾ ਚੈਨਲ ਤੁਹਾਨੂੰ ਮਿਲ ਜਾਵੇ ਉਸ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਐਂਡ ਸਿੱਖ ਲਓ ਕਿ YouTube ਤੇ ਕਿਵੇਂ ਪੈਸਾ ਕਮਾਇਆ ਜਾਂਦਾ ਹੈ ਤਾਂ ਜੋ ਐਗਜ਼ਾਮ ਤੁਹਾਡਾ ਕੁਆਲੀਫਾਈ ਹੋਵੇ ਤਾਂ ਚੰਗੀ ਗੱਲ ਜੇ ਨਹੀਂ ਹੋਇਆ ਤਾਂ ਆਪਣਾ ਘਰ ਕਰਸਤੀ ਜਿਹੜਾ ਉਹ ਤੁਸੀਂ ਇੰਨਾ ਕੁ ਤਾਂ ਪੈਸਾ ਕਮਾ ਲਓ ਕਿ ਹਾਂ ਕੀ ਜਿਹੜੀ ਮੇਰੇ ਆਪਦੇ ਜ਼ਰੂਰਤਾਂ ਨੇ ਥੋੜੀ-ਬਹੁਤ ਛੋਟੀ-ਮੋਟੀਆਂ ਜ਼ਰੂਰਤਾਂ ਨੇ ਉਹ ਆਪਣੇ ਖਰਚੇ ਤੋਂ ਪੂਰੀ ਕਰ ਸਕੀਏ